ਤਾਂ ਉਹ ਕਹਿਣ ਲੱਗਿਆ ਮਹਾਰਾਜ ਜੀ ਦੀ ਸਾਹਿਬ ਉਹ ਜੁਡੀਸ਼ੀਅਲ ਸਰਵਿਸ ਤੋਂ ਸੀ ਥੋੜਾ ਜਿਹਾ ਫੇਅਰ ਮਾਈਂਡਡ ਸੀ ਤਾਂ ਉਹ ਕਹਿਣ ਲੱਗਿਆ ਇਹਦੇ 'ਚ ਕਿਆ ਬੁਰਾਈ ਹੈ ਕਿਆ ਗਲਤ ਬਾਤ ਕਹਿ ਰਹੇ ਹੈ ਜੀ ਪੰਜਾਬ ਦੇ ਲੋਕ ਤੋ ਦੇ ਦੋ ਔਰ ਨਕਸ਼ਾ ਪਿੱਛੇ ਮੇਰੇ ਲਗਾ ਹੁਆ ਬਤਾਓ ਪੰਜਾਬ ਕੇ ਜੋ ਦਰਿਆ ਹੈ ਕਹਾਂ ਹਰਿਆਣਾ ਔਰ ਰਾਜਸਥਾਨ ਕੋ ਟੱਚ ਕਰ ਰਹੇ ਕੋਈ ਜਵਾਬ ਨਹੀਂ ਸੀ ਅਸਲੀਅਤ ਜੋ ਫੈਕਟ ਹੈ ਰਿਐਲਿਟੀ ਹੈ ਉਹ ਤਾਂ ਸਾਹਮਣੇ ਆ ਤਾਂ ਪੰਜਾਬ ਦਾ ਪਾਣੀਆਂ ਦਾ ਸਾਰਾ ਕੇਸ ਸੁਪਰੀਮ ਕੋਰਟ ਬੜੀ ਕਹਾਣੀ ਹੈ ਲੰਬੀ ਜਦ ਨਾਕਾ ਇਹਦੇ ਬੜੀਆਂ ਹੋਰ ਟੋਨਸ ਹੈ ਯਾਦ ਰੱਖਣਾ ਹੈ ਇਹ ਤੁਹਾਡੀ ਤੁਹਾਡੇ ਧਰਮ ਦੀ ਕਹਾਣੀ ਹੈ ਤੁਹਾਡੇ ਫਿਊਚਰ ਦੀ ਕਹਾਣੀ ਹੈ ਇਸ ਗੱਲ ਤੇ ਪੂਰਾ ਫਿਊਚਰ ਨਿਰਭਰ ਆ ਪਿੱਛੇ ਬੈਠ ਤੁਹਾਨੂੰ ਯਾਦ ਹੋਣਾ ਤਾਂ ਉਸ ਵੇਲੇ ਤੱਕ ਸੁਪਰੀਮ ਕੋਰਟ ਤੋਂ ਪਾਣੀਆਂ ਦਾ ਜਿਹੜਾ ਕੇਸ ਸੀ ਉਹਦਾ ਫੈਸਲਾ ਆਉਣ ਵਾਲਾ ਸੀ ਇਹ ਗੱਲ ਬਿਲਕੁਲ ਸਾਫ਼ ਸੀ ਕਿ ਉਹ ਪਾਣੀਆਂ ਦੇ ਫੈਸਲੇ ਨੇ ਪੰਜਾਬ ਦੇ ਨਾਲ ਜਿਹੜਾ ਕੰਸਟੀਟਿਊਸ਼ਨਲ ਗੈਰ ਵਿਧਾਨਿਕ ਗੱਲ ਹੋਈ ਵੀ ਸੀ ਉਸ ਦਾ ਫੈਸਲਾ ਕਰ ਦੇਣਾ ਸੀ ਔਰ ਆਹ ਜਿਹੜੀਆਂ ਤਿੰਨ ਕੜੀਆਂ ਜਿਹੜੀਆਂ ਜੜਾਂ 'ਚ ਪੰਜਾਬ ਦੇ ਪਈਆਂ ਸੀ ਰੀਆਰਗਨਾਈਜੇਸ਼ਨ ਦੀਆਂ ਐਕਟ ਦੀਆਂ 78-79 ਅਸੀਂ ਤੋੜ ਦੇਣੀ ਸੀ ਕਿਉਂਕਿ ਗੈਰ ਵਿਧਾਨਿਕ ਤਾਂ ਉਸ ਇੰਦਰਾ ਗਾਂਧੀ ਨੂੰ ਇਸ ਗੱਲ ਦੀ ਸਮਝ ਸੀ ਉਸਨੇ ਉਸੇ ਵੇਲੇ ਪੰਜਾਬ ਦੇ ਚੀਫ ਮਿਨਿਸਟਰ ਨੂੰ ਬੁਲਾਇਆ ਉਹਨੂੰ ਕਹਿਣ ਲੱਗੀ ਕਿ ਤੁਸੀਂ ਉਹ ਕੇਸ ਵਾਪਸ ਲੈ ਲਏ ਔਰ ਤੁਸੀਂ ਬਾਹਰ ਇੱਕ ਐਗਰੀਮੈਂਟ ਕਰ ਹਰਿਆਣਾ ਦੇ ਚੀਫ ਮਿਨਿਸਟਰ ਪੰਜਾਬ ਰਾਜਸਥਾਨ ਦੇ ਚੀਫ ਮਿਨਿਸਟਰ ਔਰ ਆ ਕੇ ਕੇਸ ਨੂੰ ਵਾਂਸ ਫਾਰ ਆਲ ਖਤਮ ਕੀਤਾ ਉਸਨੇ ਦਰਬਾਰਾ ਸਿੰਘ ਨੇ ਰਜਿਸਟਰ ਕੀਤਾ ਵੀ ਨਹੀਂ ਇਹ ਨਹੀਂ ਹੋ ਸਕਦਾ ਉਸੇ ਵੇਲੇ ਉਸਨੇ ਕੋਰੀਡੋਰ ਚ ਨਿਕਲ ਰਹੀ ਸੀ ਕਿਸੇ ਰਿਪੋਰਟਰ ਨੇ ਉਹਨੂੰ ਉਸੇ ਵੇਲੇ ਸੀ ਉਹਨੇ ਉਸੇ ਤਰ੍ਹਾਂ ਹੂਬਹੂ ਰਿਪੋਰਟ ਕਰਤਾ ਉਹ ਰਿਪੋਰਟ ਕੀਤਾ ਉਸਨੇ ਕਿਹਾ ਚੀਫ ਮਿਨਿਸਟਰ ਜੋ ਪ੍ਰਧਾਨਗੀ ਹੈ ਪ੍ਰਦੇਸ਼ ਕਾਂਗਰਸ ਕਮੇਟੀ ਕੀ ਉਸਕੀ ਵਾਪਸ ਲੈ ਲਓ ਉਹ ਫਿਰ ਮਗਰ ਭੁੱਜਿਆ ਉਸਨੇ ਕਿਹਾ ਦਰਬਾਰਾ ਸਿੰਘ ਅਭੀ ਤੋ ਪ੍ਰਦੇਸ਼ ਕਾਂਗਰਸ ਕਮੇਟੀ ਕੀ ਪ੍ਰਧਾਨਗੀ ਗਈ ਹੈ ਚੀਫ ਮਿਨਿਸਟਰ ਵੀ ਜਾਏਗੀ ਮਗਰ ਐਗਰੀਮੈਂਟ ਐਕਸੈਪਟ ਨਹੀਂ ਕਰੋਗੇ ਤੋ ਦਰਬਾਰਾ ਸਿੰਘ ਦੇ ਵਿਚਾਰੇ ਚੋਂ ਕਿਹੜਾ ਕੋਈ ਐਡਾ ਉਹ ਤਾਕਤ ਸੀ ਜਾਂ ਉਹਦਾ ਕੋਈ ਐਸੀ ਕਮਿਟਮੈਂਟ ਸੀ ਪੰਜਾਬ ਦੇ ਲੋਕਾਂ ਦੇ ਨਾਲ ਉਹ ਕਹਿੰਦਾ ਜਨਾਬ ਜ਼ਰੂਰ ਮੰਨਾਂਗੇ ਜੋ ਤੁਸੀਂ ਹੁਕਮ ਦਿਓਗੇ ਉਸੇ ਤਰ੍ਹਾਂ ਹੋਏਗਾ ਐਗਰੀਮੈਂਟ ਹੋ ਗਿਆ 1980 ਦਸੰਬਰ ਤਾਂ ਉਸ ਐਗਰੀਮੈਂਟ ਨੇ ਪੰਜਾਬ ਦਾ ਜਿਹੜਾ ਧੋਖਾ ਸੀ ਉਸ ਤੇ ਸੀ ਲਾ ਧੋਖਾ ਪੱਕਾ ਹੇਰਾਫੇਰੀ ਪੱਕੀ ਠੱਗੀ ਪੱਕੀ ਤਾਂ ਪੰਜਾਬ ਦੇ ਲੋਕ ਉਸ ਨੂੰ ਨਹੀਂ ਜੋ ਥੋੜੀ ਦੇਰ ਲਈ ਤੋੜਨੀ ਸੀ ਤਾਂ ਉਹ ਐਗਰੀਮੈਂਟ ਕੀ ਚਾਹੁੰਦੇ ਪੰਜਾਬ ਦੇ ਇਨਸਾਫ ਚਾਹੁੰਦੇ ਕੰਸਟੀਟਿਊਸ਼ਨ ਚਾਹੁੰਦੇ ਇੰਪਲੀਮੈਂਟ ਕਰੋ ਕੰਸਟੀਟਿਊਸ਼ਨ ਜੋ ਤੁਹਾਡਾ ਵਿਧਾਨ ਕਹਿੰਦਾ ਉਸ ਨੂੰ ਉਹ ਸਾਨੂੰ ਸਮਰਪਿਤ ਆ ਅਸੀਂ ਉਸ ਨੂੰ ਸਮਰਪਿਤ ਆ ਸਾਡਾ ਫੈਸਲਾ ਸੁਪਰੀਮ ਕੋਰਟ ਤੋਂ ਹੋਣ ਦਿਓ ਉਹਨਾਂ ਨੇ ਨਹੀਂ ਹੋਣ ਇਹ ਹੌਲੀ 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 ਪੰਜਾਬ ਦੇ ਲੋਕਾਂ ਨੂੰ ਫਰਸਟ੍ਰੇਟ ਕਰਨ ਦੀ ਚਾਲ ਹੈ ਫਿਰ ਤੁਹਾਨੂੰ ਅੱਗੇ ਜਾ ਕੇ ਦੱਸੂੰਗਾ ਕਿਵੇਂ ਪਰ ਉਹਨਾਂ ਨੇ ਕੁੱਟਿਆ ਕਿਵੇਂ ਸਾਰੀ ਜਿਹੜੀ ਲੜਾਈ ਆ ਉਹ ਵੀ ਸਿੱਖਾਂ ਨੇ ਕਰ ਚੁੱਕਾ ਸੀ ਤੋ ਉਸ ਦੇ ਉੱਤੇ ਐਗਰੀਮੈਂਟ ਕਰਕੇ ਸਾਈਨ ਕਰਵਾ ਲਏ ਜਦੋਂ ਤੁਸੀਂ ਕੋਈ ਡਿਸਪਿਊਟਿੰਗ ਪਾਰਟੀਜ਼ ਆ ਡਿਸਪਿਊਟੈਂਟਸ ਆ ਕਿਸੇ ਕੋਰਟ 'ਚ ਕੇਸ ਆ ਅਦਾਲਤ ਦੇ ਵਿੱਚ ਉਹ ਬਾਹਰ ਫੈਸਲਾ ਕਰ ਲੈਣ ਤਾਂ ਉਹ ਕੇਸ ਇਨਫੈਕਚੁਅਸ ਹੋ ਜਾਂਦਾ ਉਹਦੀ ਕੋਈ ਵੈਲਿਡਿਟੀ ਨਹੀਂ ਤੁਸੀਂ ਆਪ ਜਾਣ ਲਓ ਮੈਨੂੰ ਦੱਸਣ ਦੀ ਬਹੁਤੀ ਜ਼ਰੂਰਤ ਨਹੀਂ ਤੁਸੀਂ ਬਹੁਤ ਮੁਕੱਦਮੇ ਲੜਦੇ ਹੋ ਤੁਹਾਨੂੰ ਪਤਾ ਗੁਰਦੁਆਰਿਆਂ 'ਚ ਵੀ ਲੜਦੇ ਹੋ ਤੁਹਾਨੂੰ ਪਤਾ ਜਿੱਥੇ ਗੁਰਦੁਆਰਿਆਂ 'ਚ ਲੜਦੇ ਲੜਦੇ ਸਿੰਘ ਬਾਹਰ ਫੈਸਲਾ ਕਰ ਲੈਣ ਤਾਂ ਉਸ ਦੀ ਕੋਈ ਵੈਲਿਡਿਟੀ ਨਹੀਂ ਸਮਝੇ ਨਹੀਂ ਏਦਾਂ ਹੀ ਤੋ ਇਸ ਸਾਰੇ ਘਟਨਾ ਕਰਨ ਤੋਂ ਬਾਅਦ ਇੰਦਰਾ ਗਾਂਧੀ ਨੇ ਕਿਹਾ ਕਿ ਹੁਣ ਐਗਰੀਮੈਂਟ ਸਾਰਾ ਕੁਛ ਹੋ ਗਿਆ ਪਾਣੀ ਦਾ ਹੁਣ ਇੱਕ SYR ਕੈਨਾਲ ਦੀ ਨੀਂਹ ਰੱਖੀ ਉਸ ਦੇ ਨਾਲ ਪਾਣੀ ਫਟਾਫਟ ਕੱਢ ਕੇ ਹਰਿਆਣੇ ਨੂੰ ਦੇ ਜਿਹੜਾ ਬਾਕੀ ਰਹਿੰਦਾ ਥੋੜਾ ਬਹੁਤਾ ਪਾਣੀ ਤੋ ਕਪੂਰੀ ਦੇ ਵਿੱਚ ਜਾ ਕੇ ਉਹਨੇ ਫਾਊਂਡੇਸ਼ਨ ਸਟੋਨ ਰੱਖਤਾ SYR ਕੈਨਾਲ ਕਹਾਣੀ ਬਹੁਤ ਲੰਬੀ ਹੈ ਬਹੁਤ ਇਹਦੀਆਂ ਬੜੀਆਂ ਉਮਰ ਤੋਂ ਸਰ ਪੰਜਾਬ ਦੇ ਦਰਿਆਵਾਂ ਦਾ ਨੈਚੁਰਲ ਜਿਹੜਾ ਫਲੋ ਆ ਤੁਸੀਂ ਕਿਸੇ ਦਰਿਆ ਦਾ ਦੇਖ ਲਓ ਕਿਸੇ ਕੰਢੇ ਤੇ ਖੜ ਕੇ ਉੱਧਰ ਨੂੰ ਪਾਕਿਸਤਾਨ ਕਿਉਂਕਿ ਇੰਡਸ ਰਿਵਰ ਦੇ ਉਹ ਟ੍ਰਿਬਿਊਟਰੀ ਲੇਕਿਨ SYR ਜਿਹੜੀ ਲਗਾਣੀ ਆ ਉਹ ਉੱਧਰ ਨੂੰ ਲਗਾਉਣਾ ਉਹ ਅਨੈਚੁਰਲ ਫਲੋ ਆ ਉਹ ਲਗਾਣਾ ਲਿਫਟ ਇਰੀਗੇਸ਼ਨ ਕਰਨਾ ਉਹਦੇ ਨਾਲ ਪਾਣੀ ਲਗਾ ਕੇ
ਉਹਨਾਂ ਦੇ ਡੈਜ਼ਰਟ ਦੇ ਵਿੱਚ ਉੱਥੋਂ ਪਾਣੀ ਲਿਫਟ ਕਰਨਾ ਟਿਊਬਵੈਲਾਂ ਨੇ। ਲੇਕਿਨ ਦੁੱਖ ਦੀ ਗੱਲ ਇਹ ਹੈ, ਉਸ ਤੋਂ ਬਾਅਦ ਪਹਿਲਾਂ ਵਰਲਡ ਬੈਂਕ ਨੇ ਇੱਕ ਰਿਪੋਰਟ ਦਿੱਤੀ ਸੀ ਜਦੋਂ ਇਹਨਾਂ ਨੇ ਰਾਜਸਥਾਨ ਦੇ ਵਿੱਚ ਪਾਣੀ ਪੰਜਾਬ ਦਾ ਕੱਢ ਕੇ ਲੈ ਕੇ ਗਏ ਆ। ਵਰਲਡ ਬੈਂਕ ਦਾ ਇੱਕ ਆਫੀਸਰ ਸੀ, ਬਹੁਤ ਸੀਨੀਅਰ ਰਿਵਰ ਵਾਟਰ ਦੇ ਐਕਸਪਰਟ ਸੀ, ਉਹਦਾ ਨਾਮ ਸੀ ਮਿਸਟਰ ਲੀਅਨ। ਉਸਨੇ ਕਿਹਾ ਸੀ ਕਿ ਤੁਸੀਂ ਬਹੁਤ ਘੱਟ ਗੱਲ ਕਰ ਰਹੇ ਹੋ, ਇੰਨੀ ਦੂਰ ਪੰਜਾਬ ਤੋਂ ਪਾਣੀ ਲਿਜਾ ਕੇ ਰਾਜਸਥਾਨ ਦੇ ਡੈਜ਼ਰਟਸ ਨੂੰ ਤੁਸੀਂ ਦੇ ਰਹੇ ਹੋ, 40% ਟੋਟਲ ਪਾਣੀ ਇਵੈਪੋਰੇਟ ਹੋ ਜਾਏਗਾ, ਕੁਛ ਸੀਪੇਜ ਹੋ ਜਾਏਗੀ, ਔਰ ਜਿਹੜਾ ਰਹਿੰਦਾ ਪਾਣੀ ਆ ਉਹ ਰਾਜਸਥਾਨ 'ਚ ਲੱਗ ਨਹੀਂ ਸਕਦਾ, ਕਿਉਂਕਿ ਰਾਜਸਥਾਨ ਦੇ ਵਿੱਚ ਸੈਂਡ ਡਿਊਨਸ ਆ, ਟਿੱਬੇ ਆ, ਉਹਦੇ ਸੈਂਡ ਦੇ ਅਤੇ ਹੇਠਾਂ ਜਿਹੜੀ ਧਰਤੀ ਆ ਉਹ ਪਥਰੀਲੀ ਆ। ਇਹਦਾ ਇੱਥੇ ਇਰੀਗੇਸ਼ਨ ਆ, ਕੁਦਰਤ ਨੇ ਵੀ ਸਿਸਟਮ ਬਣਾਇਆ ਹੋਇਆ, ਜੇ ਸੀਪੇਜ ਨਾ ਹੋਵੇ ਉੱਥੇ ਇਰੀਗੇਸ਼ਨ ਨਹੀਂ ਹੋ ਸਕਦੀ, ਜੇ ਹੇਠਾਂ ਪੱਥਰ ਹੋਵੇ ਉੱਥੇ ਇਰੀਗੇਸ਼ਨ ਕਿਵੇਂ ਹੋਏਗੀ। ਤਾਂ ਉਸਨੇ ਰਿਪੋਰਟ ਦਿੱਤੀ ਪਰ ਉਹਨਾਂ ਨੇ ਕੋਈ ਪ੍ਰਵਾਹ ਨਹੀਂ, ਕਿਉਂਕਿ ਲੁੱਟ ਜਿਹੜਾ ਆਦਮੀ ਲੁੱਟਦਾ ਹੈਗਾ ਉਹ ਕਹਿੰਦਾ ਕੁਛ ਨਹੀਂ, 10% ਵੀ ਆ ਜਾਏ, 100 ਰੁਪਏ ਦੀ ਚੀਜ਼ ਕਿਸੇ ਜਗ੍ਹਾ ਤੋਂ ਚੋਰੀ ਕੀਤੀ, ਲੁੱਟ ਕੀਤੀ, ਕਹਿੰਦਾ 5 ਜੀ ਗੱਲਾਂ ਆਹੀ ਆਖਾਂ। ਤਾਂ ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਕਪੂਰੀ ਤੋਂ ਸਿੱਖ ਸਮਝਣ ਲੱਗ ਗਏ ਵੀ ਹੁਣ ਸਾਡਾ ਸਰਦਾ ਪਿਆਲਾ, ਕੋਰਟ ਜਾਣਾ ਸੀ ਉੱਥੇ ਇਨਸਾਫ ਨਹੀਂ ਮਿਲ ਰਿਹਾ, ਅਪੀਲਾਂ ਕੀਤੀਆਂ ਉੱਥੇ ਇਨਸਾਫ ਨਹੀਂ ਮਿਲ ਰਿਹਾ, ਦਲੀਲਾਂ ਦਿੱਤੀਆਂ ਉੱਥੇ ਇਨਸਾਫ ਨਹੀਂ ਮਿਲ ਰਿਹਾ। ਆਪਾਂ ਮੋਰਚਾ ਇਹੀ ਡੈਮੋਕ੍ਰੇਟਿਕ ਸਰਵ ਦਾ ਪੀਸਫੁਲ ਮੋਰਚਾ ਲਾਇਆ, 100-125 ਲੱਖ ਜਾਂ 2 ਲੱਖ ਬੰਦਾ ਦਿੱਤੇ ਤਾਂ ਪੀਸਫੁਲੀ ਨਾਲ ਲਾਇਆ। ਇੰਦਰਾ ਗਾਂਧੀ ਗੱਲ ਸਮਝੀ ਵੀ ਇਹ ਜੇ ਗੱਲ ਅਹੀਂ ਰਹੀ ਤਾਂ ਇਹਨਾਂ ਨੇ ਆਪਣੀ ਗੱਲ ਨੈਸ਼ਨਲ ਤੇ ਇੰਟਰਨੈਸ਼ਨਲ ਫੋਰਮ ਚ ਇਹ ਦੱਸ ਦੇਣੀ ਹੈ ਗੱਲ, ਇਹ ਭੇਦ ਨਿਕਲ ਗਿਆ, ਇਹ ਭੇਦ ਜੇ ਨਿਕਲ ਗਿਆ ਮੈਂ ਬੈਕ ਸ਼ੀਟ ਤੇ ਬੋਲੂੰਗੀ, ਮੈਨੂੰ ਉਸ ਗੱਲ ਦਾ ਜਵਾਬ ਦੇਣਾ ਔਖਾ ਹੋ, ਕਿਉਂਕਿ ਗੱਲ ਤਾਂ ਆਪਣੀ ਸਿੱਖ ਗਈ। ਸਿੱਧੀ ਸਾਦੀ ਗੱਲ ਕਹਿੰਦੇ ਸੀ ਜੋ ਕੰਸਟੀਟਿਊਸ਼ਨ ਉਹ ਅਪਲਾਈ ਕਰ ਦਿਓ, ਕੰਸਟੀਟਿਊਸ਼ਨ ਦੇ ਮੁਤਾਬਕ ਜਿਹੜੇ ਸਾਡੇ ਰਾਈਟਸ ਰਿਵਰ ਵਾਟਰ ਰਾਈਟਸ ਬੰਦੇ ਸਾਨੂੰ ਵਾਪਸ ਕਰ ਦਿਓ। ਤੁਸੀਂ ਸੁਪਰੀਮ ਕੋਰਟ ਜਾਂਦੇ ਆ, ਸੁਪਰੀਮ ਕੋਰਟ ਦਾ ਦਰਵਾਜ਼ਾ ਬੰਦ ਕਰ ਦਿੰਦੇ ਹੋ, ਤੁਹਾਡੇ ਨਾਲ ਗੱਲਬਾਤ ਕਰਦੇ ਹੋ ਉਹਦਾ ਦਰਵਾਜ਼ਾ ਬੰਦ ਕਰ ਦਿੰਦੇ ਹੋ, ਕੱਟ ਇਟ ਸ਼ਾਰਟ। ਉਸਨੇ ਸਾਰੀ ਸਿਚੁਏਸ਼ਨ ਲਾ ਐਂਡ ਆਰਡਰ ਚ ਕਨਵਰਟ ਕਰ ਦਿੱਤਾ, ਧੂੜ ਧਾੜ ਆਹ ਮਾਰਨਾ ਆਹ ਹੋ ਗਿਆ, ਆਹ ਮੈਂ ਓਨ ਕਰਨ ਲੱਗ ਗਿਆ, ਮੈਂ ਫਲਾਣੀ ਜਗ੍ਹਾ ਮੈਨੂੰ ਚੁੱਕੀ ਜਿੱਥੇ ਸਿੱਖ ਸਾਹਮਣੇ, ਉਹ ਕਿੰਨੀ ਚੰਗਾ ਵਧੀਆ ਗੱਲ। ਤੁਸੀਂ ਉਸ ਟੈਪ ਚ ਜਿਹੜਾ ਟੈਪ ਉਸਨੇ ਲੇ ਕੀਤਾ ਇੰਦਰਾ ਗਾਂਧੀ ਨੇ, ਤੁਸੀਂ ਉਸ ਟੈਪ ਦੇ ਹਿੱਸਾ ਬਣ ਗਏ। ਮੈਂ ਸਾਰਿਆਂ ਨੂੰ ਕਹਿੰਦਾ ਮੈਜੋਰਿਟੀ ਉਹ ਫਲਾਣਾ ਠਾਣਾ ਮਾਰਦਾ, ਉਹ ਫਲਾਣਾ ਸਪਾਹੀ ਮਾਰਦਾ। ਉਸ ਮੁਲਕ ਦੇ ਵਿੱਚ ਐਡੀ ਬੜੀ ਆਬਾਦੀ, 5-10 ਸਪਾਹੀ ਮਰੋੜ ਤੇ ਕੋਈ ਫਰਕ ਨਹੀਂ ਪੈਂਦਾ, ਕੋਈ ਉਹਨਾਂ ਦੇ ਜੂ ਨਹੀਂ ਸਕਦੀ, ਟੂ ਕੱਟ ਇਟ ਸ਼ਾਰਟ। ਐਸੀ ਉਸਨੇ ਘਟਨਾ ਕਰਮ ਕੀਤਾ, ਉਹਨੇ ਦੁਨੀਆਂ ਨੂੰ ਦਿਖਾਤਾ ਇਹ ਅਨਰੀਜ਼ਨੇਬਲ ਲੋਕ ਆ, ਇਹ ਟੈਰਿਸਟ ਲੋਕ ਆ, ਇਹ ਵਾਇਲੈਂਟ ਲੋਕ ਆ, ਇਹ ਉੱਥੇ ਬੈਠੇ ਆ ਦਰਬਾਰ ਸਾਹਿਬ ਦੇ ਵਿੱਚ। ਕਿਉਂ ਦਰਬਾਰ ਸਾਹਿਬ, ਇੱਕ ਸਵਾਲ ਹੈ, ਕਿਉਂ ਦਰਬਾਰ ਸਾਹਿਬ? ਉਸ ਨੂੰ ਇਸ ਗੱਲ ਦਾ ਪਤਾ ਸੀ ਕਿ ਦਰਬਾਰ ਸਾਹਿਬ ਸਿੱਖੀ ਦਾ ਦਿਲ ਹੈ। ਮੈਂ ਕਿਤਾਬ ਲਿਖੀ ਆ, ਉਸ ਵਿੱਚ ਮੈਂ ਜਦੋਂ ਇਹ ਚੈਪਟਰ ਤੇ ਆਇਆ ਮੈਂ ਕਿਹਾ ਵੀ ਇਹਦਾ ਚੈਪਟਰ ਦਾ ਹੈਡਿੰਗ ਕੀ ਰੱਖੀ, ਇਹਦਾ ਹੈਡਿੰਗ ਕੀ ਰੱਖੀ। ਤਾਂ ਮੈਂ ਕਈ ਹਫ਼ਤੇ ਸੋਚਦਾ ਰਿਹਾ, ਦਿਨ ਰਾਤ ਸੋਚਦਾ ਰਿਹਾ, ਤਾਂ ਮੈਨੂੰ ਫਿਰ ਇੱਕ ਦਿਨ ਖਿਆਲ ਆ ਵੀ ਇਸ ਦਾ ਇੱਕੋ ਹੀ ਹੈਡਿੰਗ ਹੋ ਸਕਦਾ, ਅਟੈਕ ਔਨ ਦੀ ਹਾਰਟ ਆਫ ਸਿੱਖਸ, ਮਾਫ ਕਰਨਾ ਬਲੂ ਸਟਾਰ ਨਾ ਕਿਹੋ ਕਿਤੇ ਆਪਰੇਸ਼ਨ, ਇਹ ਉਹਨਾਂ ਦਾ ਕੋਡ ਵਰਡ ਆ, ਮਿਲਟਰੀ ਦਾ ਵਰਡ ਆ। ਤੁਸੀਂ ਜੇ ਕਹਿਣਾ ਹੋਵੇ ਅੰਗਰੇਜ਼ੀ ਚ ਕਹਿਣਾ ਹੋਵੇ ਮਜਬੂਰੀ ਹੋਵੇ ਤਾਂ ਤੁਸੀਂ ਕਹੋ ਇਟ ਇਜ਼ ਐਨ ਅਟੈਕ ਔਨ ਦੀ ਹਾਰਟ ਆਫ ਸਿੱਖ, ਉਹ ਸਿੱਖੀ ਦਾ ਦਿਲ ਆ, ਸਿੱਖੀ ਦਾ ਤੁਰਾ, ਉਹ ਜਗ੍ਹਾ ਚੁਣੀ, ਉਹ ਜਗ੍ਹਾ ਕਿਉਂ ਚੁਣੀ? ਉਹ ਜਗ੍ਹਾ ਇਸ ਕਰਕੇ ਚੁਣੀ ਕਿ ਜੇ ਸਿੱਖਾਂ ਨੂੰ ਇਸ ਜਗ੍ਹਾ ਤੇ ਕੁੱਟਣੀ, ਇਸ ਜਗ੍ਹਾ ਤੇ ਇੰਨਾ ਖੂਨ ਖਰਾਬਾ ਕਰ ਦਈਏ ਔਰ ਸਿੱਖ ਇਸ ਨਾਲ ਟੁੱਟ ਜਾਣ, ਤਾਂ ਆਪਣੀ ਸਾਰੀ ਗੇਮ ਪਲੈਨ ਆ ਸਕਸੈਸ ਹੋ, ਉਸ ਦੇ ਵਿੱਚ ਕੋਈ ਅਦਲ ਬਦਲ ਨਹੀਂ ਹੋ ਸਕਦਾ। ਤਾਂ ਉਹ ਐਸੇ ਹਾਲਾਤ ਕ੍ਰੀਏਟ ਕਰ ਦਿੱਤੇ ਕਿ ਉਸ ਦੇ ਵਿੱਚ ਐਂ ਲੱਗਣ ਲੱਗਿਆ ਵੀ ਹੁਣ ਹਿੰਦੁਸਤਾਨ ਦੀ ਜਿਹੜੀ ਇੰਟੈਗਰਿਟੀ, ਯੂਨਿਟੀ ਔਰ ਜੋ ਵੀ ਹੈ ਮੁਲਕ, ਉਸ ਨੂੰ ਬਚਾਉਣ ਦੇ ਲਈ ਜੇ ਇੱਕੋ ਹੀ ਹੀਲਾ ਕਿ ਦਰਬਾਰ ਸਾਹਿਬ ਤੋਂ ਤੁਸੀਂ ਉੱਠਣਾ। ਮੈਂ ਪੁੱਛਦਾ ਹਿੰਦੁਸਤਾਨ ਦੀ ਸਰਕਾਰ ਨੂੰ ਸਵਾਲ ਕੀਤੇ ਗਿਆ ਆਪਣੀ ਕਿਤਾਬ ਦੇ ਵਿੱਚ ਕਿ ਤੁਸੀਂ ਮੈਨੂੰ ਇਹ ਦੱਸੋ ਜਿਹੜੇ ਦਰਬਾਰ ਸਾਹਿਬ ਦੇ ਵਿੱਚ ਬੰਦੇ ਬੈਠੇ ਆ ਉਹਨਾਂ 'ਤੇ ਕੋਈ ਕੇਸ ਰਜਿਸਟਰ ਹੋਇਆ?
जेब